ਪੰਜਾਬੀ ਰੇਡੀਓ ਯੂ ਐਸ ਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀ ਨਿਊਜ਼ ਅਤੇ ਮੌਸਮ ਦੇ ਬਾਰੇ ਜਾਣਕਾਰੀ ਦੇਵਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪੋਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੇ ਇੰਸ਼ੋਰੈਂਸ ਕਰਦੇ ਹਨ। ਅਤੇ ਕਿਸੇ ਵੀ ਤਰ੍ਹਾਂ ਦੇ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2525 ਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ ਵਾਸੀ, ਪਰਮਜੀਤ ਕੌਰ ਜੀ ਵਾਸੀ ਫ੍ਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਜੀ ਗਲੋਵਿਸ ਤੋਂ ਅਤੇ ਸਰਬਜੀਤ ਸਿੰਘ ਵਾਸੀ ਜੀ ਐਡਵਾਟਰ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ ਯੂ ਐਸ ਏ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੀ ਈਮੇਲ ਐਡਰੈਸ info@punjabiradiousa.com ਤੇ। ਹੁਣ ਵੱਧਦੇ ਹਾਂ ਅੱਜ ਦੀਆਂ ਖਬਰਾਂ ਦੇ ਵੱਲ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰਪਤੀ ਟਰੰਪ ਦੁਆਰਾ ਅਟਰਨੀ ਪ੍ਰੀਤ ਭਰਾਰਾ ਨੂੰ ਕੱਢੇ ਜਾਣ ਤੇ ਕਾਫੀ ਮੱਚੀ ਸਿਆਸਤ ਹਲਚਲ। ਰਿਪਬਲਿਕਨ ਸੈਨੇਟਰ ਟੌਮ ਕਾਟਨ ਨੇ ਹਾਊਸ ਸਪੀਕਰ ਪੌਲ ਰਿਆਂ ਨੂੰ ਜੀਓਪੀ ਹੈਲਥ ਕੇਅਰ ਦੇ ਹੱਕ ਦੇ ਵਿੱਚ ਨਾ ਵੋਟ ਕਰਨ ਲਈ ਕਿਹਾ। ਕੈਲੀਫੋਰਨੀਆ ਨੇ ਡਰਾਈਵਰਲੈਸ ਕਾਰ ਤੇ ਟੈਸਟ ਲਈ ਕਾਨੂੰਨੀ ਰਾਹ ਕੀਤਾ ਸਾਫ਼। ਰਾਸ਼ਟਰਪਤੀ ਟਰੰਪ ਦੇ ਬਜਟ ਦੇ ਵਿੱਚ ਫੈਡਰਲ ਵਰਕਫੋਰਸ ਹੋ ਸਕਦੀ ਹੈ ਛੋਟੀ। ਹੈਤੀ ਦੇ ਵਿੱਚ ਇੱਕ ਬੱਸ ਭੀੜ ਦੇ ਵਿੱਚ ਜਾ ਟਕਰਾਈ, 38 ਲੋਕਾਂ ਦੀ ਮੌਤ। ਅਤੇ ਨਿਊਯਾਰਕ ਦੇ ਵਿੱਚ ਭਾਰੀ ਬਰਫ਼ਬਾਰੀ ਹੋਣ ਦੀ ਸੰਭਾਵਨਾ। ਰਾਸ਼ਟਰਪਤੀ ਟਰੰਪ ਐਡਮਿਨਿਸਟ੍ਰੇਸ਼ਨ ਦੁਆਰਾ ਲਏ ਗਏ ਫੈਸਲੇ, ਜਿਸ ਦੇ ਵਿੱਚ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਕਈ ਅਟਾਰਨੀਜ਼ ਅਤੇ ਹੋਰ ਕਈ ਆਫੀਸ਼ਲਸ ਨੂੰ ਕੱਢਿਆ ਗਿਆ, ਉਹਨਾਂ ਦੇ ਵਿੱਚ ਅਟਾਰਨੀ ਪ੍ਰੀਤ ਭਰਾਰਾ ਦਾ ਨਾਮ ਵੀ ਆਇਆ, ਜਿਨ੍ਹਾਂ ਨੂੰ ਕਿ ਕੁਝ ਮਹੀਨੇ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਨੇ ਇਹ ਆਸ਼ਵਾਸਨ ਦਿੱਤਾ ਸੀ ਕਿ ਉਹ ਆਪਣੀ ਡਿਊਟੀ ਇਸੇ ਤਰ੍ਹਾਂ ਕਰਦੇ ਰਹਿਣ ਅਤੇ ਉਹਨਾਂ ਦੀ ਪੋਜੀਸ਼ਨ ਨੂੰ ਕੋਈ ਵੀ ਖਤਰਾ ਨਹੀਂ ਹੋਵੇਗਾ। ਪਰ ਟਰੰਪ ਐਡਮਿਨਿਸਟ੍ਰੇਸ਼ਨ ਨੇ ਪਿਛਲੇ ਹਫ਼ਤੇ ਜਾਰੀ ਕੀਤੇ ਗਏ ਇੱਕ ਨੋਟਿਸ ਦੇ ਵਿੱਚ ਸਾਰੇ ਹੀ ਅਟਾਰਨੀਜ਼ ਦਾ ਅਸਤੀਫਾ ਮੰਗਿਆ, ਅਤੇ ਜਿਸ ਦੇ ਇਨਕਾਰ ਤੋਂ ਬਾਅਦ ਦੇ ਵਿੱਚ ਪ੍ਰੀਤ ਭਰਾਰਾ ਨੂੰ ਆਫੀਸ਼ੀਅਲੀ ਜਸਟਿਸ ਡਿਪਾਰਟਮੈਂਟ ਦੁਆਰਾ ਫਾਇਰ ਕਰ ਦਿੱਤਾ ਗਿਆ। ਇਸ ਨੂੰ ਲੈ ਕੇ ਪ੍ਰੀਤ ਭਰਾਰਾ ਨੇ ਕਿਹਾ ਕਿ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਆਪਣੀ ਪੋਜੀਸ਼ਨ ਤੋਂ ਅਸਤੀਫਾ ਨਹੀਂ ਕੀਤਾ, ਬਲਕਿ ਉਹਨਾਂ ਨੂੰ ਉਹਨਾਂ ਦੀ ਨੌਕਰੀ ਤੋਂ ਹਟਾਇਆ ਗਿਆ ਹੈ। ਪ੍ਰੀਤ ਭਰਾਰਾ, ਜੋ ਕਿ ਓਬਾਮਾ ਐਡਮਿਨਿਸਟ੍ਰੇਸ਼ਨ ਦਰਮਿਆਨ ਅਟਾਰਨੀ ਲਾਏ ਗਏ ਸਨ, ਉਹਨਾਂ ਨੇ ਕਈ ਸਾਰੇ ਵਾਲ ਸਟ੍ਰੀਟ ਦੇ ਬਿਜ਼ਨਸਮੈਨ ਦੇ ਸਮੇਤ ਕਈ ਸਾਰੇ ਪੋਲੀਟੀਕਲ ਸਕੈਂਡਲ ਦੇ ਵਿੱਚ ਕਈ ਰਾਜਨੇਤਾਵਾਂ ਨੂੰ ਜੇਲ੍ਹ ਪਹੁੰਚਾਈ ਸੀ। ਉਹਨਾਂ ਨੇ ਪਾਰਟੀ ਲਾਈਨ ਤੋਂ ਹਟ ਕੇ ਕੰਮ ਕਰਦੇ ਹੋਏ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਪਾਰਟੀ ਦੇ ਕਈ ਕਰਪਟ ਰਾਜਨੇਤਾਵਾਂ ਨੂੰ ਜੇਲ੍ਹ ਦੇ ਪਿੱਛੇ ਪਹੁੰਚਾਉਣ ਦੇ ਵਿੱਚ ਮਦਦ ਕੀਤੀ। ਰਾਜਨੀਤਿਕ ਗਲਿਆਰਿਆਂ ਦੇ ਵਿੱਚ ਇਹਨਾਂ ਨੂੰ ਹਟਾਏ ਜਾਣ ਤੋਂ ਬਾਅਦ ਵਿੱਚ ਕਾਫੀ ਹਲਚਲ ਮੱਚ ਚੁੱਕੀ ਹੈ, ਕਿਉਂਕਿ ਪ੍ਰੀਤ ਭਰਾਰਾ ਇੱਕ ਇਮਾਨਦਾਰ ਅਤੇ ਪਾਰਟੀ ਲਾਈਨ ਤੋਂ ਹਟ ਕੇ ਕੰਮ ਕਰਨ ਮੰਨੇ ਜਾਣ ਵਾਲੇ ਅਟਰਨੀ ਸਨ। ਸੋ ਡੋਨਲਡ ਟਰੰਪ ਕਾਫੀ ਕ੍ਰਿਟੀਸਿਜ਼ਮ ਇਸ ਨੂੰ ਲੈ ਕੇ ਉਹਨਾਂ ਨੂੰ ਸਹਿਣਾ ਪੈ ਰਿਹਾ ਹੈ, ਅਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਵੀ ਕਿਹਾ ਕਿ ਡੋਨਲਡ ਟਰੰਪ ਨੇ ਖੁਦ ਪ੍ਰੀਤ ਭਰਾਰਾ ਨੂੰ ਕਾਲ ਵੀ ਕੀਤੀ ਸੀ। ਰਿਪਬਲਿਕਨ ਪਾਰਟੀ ਦੇ ਸੈਨੇਟਰ ਟੌਮ ਕਾਟਨ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਉਹ ਹਾਊਸ ਸਪੀਕਰ ਪੌਲ ਰਿਆਂ ਨੂੰ ਰਿਕੁਐਸਟ ਕਰਨਗੇ ਕਿ ਜੀਓਪੀ ਹੈਲਥ ਕੇਅਰ ਬਿੱਲ ਦੇ ਉੱਤੇ ਵੋਟ ਹਾਂ ਦੇ ਵਿੱਚ ਨਾ ਕੀਤੀ ਜਾਵੇ, ਕਿਉਂਕਿ ਜੇਕਰ ਜੀਓਪੀ ਹੈਲਥ ਕੇਅਰ ਬਿੱਲ ਪਾਸ ਹੋ ਗਿਆ ਤਾਂ ਉਹਨਾਂ ਨੂੰ ਖਤਰਾ ਹੈ ਕਿ ਹਾਊਸ ਦੀ ਮੈਜੋਰਟੀ ਰਿਸਕ 'ਤੇ ਆ ਜਾਵੇਗੀ। 2018 ਦੇ ਵਿੱਚ ਮਿਡ ਟਰਮ ਇਲੈਕਸ਼ਨ ਹੋਣੀਆਂ ਹਨ, ਜਦੋਂ ਕਿ ਹਾਊਸ ਦੀਆਂ ਵੋਟਸ ਹੋਣਗੀਆਂ, ਅਤੇ ਉਹਨਾਂ ਨੂੰ ਇਹ ਡਰ ਸਤਾ ਰਿਹਾ ਕਿ ਜਿਸ ਤਰ੍ਹਾਂ 1994 ਦੇ ਵਿੱਚ ਡੈਮੋਕ੍ਰੈਟਿਕ ਪਾਰਟੀ, ਜੋ ਕਿ ਉਸ ਸਮੇਂ ਸੈਨੇਟ ਹਾਊਸ ਅਤੇ ਵਾਈਟ ਹਾਊਸ ਦੇ ਵਿੱਚ ਤਿੰਨ ਹੀ ਕੇਂਦਰਾਂ ਦੇ ਵਿੱਚ ਕਾਬਜ਼ ਸੀ, ਉਹਨਾਂ ਨੇ ਆਪਣੀ ਹਾਊਸ ਦੀ ਮੈਜੋਰਟੀ ਇੱਕ ਬਿੱਲ ਦੇ ਉੱਤੇ ਵੋਟ ਕਰਕੇ ਗਵਾ ਲਈ ਸੀ, ਜਿਸ ਦਾ ਕਿ ਕਾਫੀ ਕ੍ਰਿਟੀਸਿਜ਼ਮ ਲੋਕਾਂ ਦੁਆਰਾ ਕੀਤਾ ਗਿਆ ਸੀ। ਤੇ ਉਹਨਾਂ ਨੇ ਕਿਹਾ ਕਿ ਅਜਿਹਾ ਹੀ ਖਤਰਾ ਰਿਪਬਲਿਕਨ ਪਾਰਟੀ ਨੂੰ ਵੀ ਹੋ ਸਕਦਾ ਹੈ ਜੇਕਰ ਉਹ ਜੀਓਪੀ ਦੇ ਇਸ ਹੈਲਥ ਕੇਅਰ ਬਿੱਲ ਦੇ ਉੱਤੇ ਹਾਂ ਦੇ ਵਿੱਚ ਵੋਟ ਕਰ ਦਿੰਦੇ ਹਨ। ਉਹਨਾਂ ਨੇ ਕਿਹਾ ਕਿ ਪਿਛਲੀਆਂ ਉਦਾਹਰਨਾਂ ਤੋਂ ਸਿੱਖਦੇ ਹੋਏ ਰਿਪਬਲਿਕਨ ਪਾਰਟੀ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਅਤੇ ਆਪਣੇ ਹਾਊਸ ਦੀ ਮੈਜੋਰਟੀ ਬਣਾ ਕੇ ਰੱਖਣੀ ਚਾਹੀਦੀ ਹੈ। ਰਿਪਬਲਿਕਨ ਪਾਰਟੀ ਦੇ ਕਈ ਸੈਨੇਟਰ ਜੀਓਪੀ ਪਾਰਟੀ ਦੁਆਰਾ ਲੈ ਕੇ ਆਏ ਜਾ ਰਹੇ ਇਸ ਹੈਲਥ ਕੇਅਰ ਬਿੱਲ ਦਾ ਵਿਰੋਧ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਲੋਕ ਰਿਪਬਲਿਕਨ ਪਾਰਟੀ ਦੇ ਖਿਲਾਫ਼ ਹੋ ਜਾਣਗੇ ਅਤੇ ਉਹਨਾਂ ਨੂੰ 2018 ਦੀਆਂ ਮਿਡ ਟਰਮ ਇਲੈਕਸ਼ਨ ਦੇ ਵਿੱਚ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵਹੀਕਲਸ ਅਤੇ ਕੈਲੀਫੋਰਨੀਆ ਸਰਕਾਰ ਨੇ ਨਵੇਂ ਕੀਤੇ ਇੱਕ ਬਿੱਲ ਪਾਸ ਦੇ ਵਿੱਚ ਸੈਲਫ ਡਰਾਈਵਿੰਗ ਕਾਰ ਦੇ ਟੈਸਟ ਲਈ ਰਾਹ ਸਾਫ਼ ਕਰ ਦਿੱਤਾ ਹੈ। ਹਾਲਾਂਕਿ ਬਹੁਤ ਸਾਰੀਆਂ ਮਲਟੀਨੈਸ਼ਨਲ ਕੰਪਨੀਆਂ ਪਹਿਲਾਂ ਹੀ ਕੈਲੀਫੋਰਨੀਆ ਦੇ ਵਿੱਚ ਡਰਾਈਵਰਲੈਸ ਕਾਰ ਦਾ ਟੈਸਟ ਕਰ ਰਹੀਆਂ ਸਨ, ਪਰ ਮੌਜੂਦਾ ਲਾਅ ਦੇ ਮੁਤਾਬਿਕ ਉਹਨਾਂ ਨੂੰ ਨਾਲ ਇੱਕ ਕੋ ਡਰਾਈਵਰ ਬਿਠਾਉਣ ਦੀ ਜ਼ਰੂਰਤ ਪੈਂਦੀ ਸੀ, ਪਰ ਨਵੇਂ ਪਾਸ ਕੀਤੇ ਗਏ ਇਸ ਲਾਅ ਦੇ ਮੁਤਾਬਿਕ ਹੁਣ ਉਹਨਾਂ ਨੂੰ ਕਾਰ ਦੇ ਵਿੱਚ ਕੋਈ ਵੀ ਹਿਊਮਨ ਡਰਾਈਵਰ ਬਿਠਾਉਣ ਦੀ ਜ਼ਰੂਰਤ ਨਹੀਂ ਹੋਵੇਗੀ।
ਪਰ ਕੀਤੇ ਗਏ ਇਸ ਬਿੱਲ ਦੇ ਵਿੱਚ ਇਹ ਜ਼ਰੂਰ ਰੱਖਿਆ ਗਿਆ ਹੈ ਕਿ ਉਸ ਕਾਰ ਨੂੰ ਮੋਨੀਟਰ ਕਰਨ ਦੇ ਲਈ ਕੋਈ ਨਾ ਕੋਈ ਹਿਊਮਨ ਮੋਨੀਟਰ ਜ਼ਰੂਰ ਹੋਵੇਗਾ ਜੋ ਕਿ ਰਿਮੋਟਲੀ ਕਾਰ ਦੇ ਸਾਰੇ ਹੀ ਫੰਕਸ਼ਨਸ ਕੰਟਰੋਲ ਕਰੇਗਾ। ਇਸ ਦੇ ਨਾਲ ਬਹੁਤ ਮਲਟੀਨੈਸ਼ਨਲ ਕੰਪਨੀਆਂ ਜੋ ਕਿ ਇਸ ਪੂਰੇ ਪ੍ਰੋਜੈਕਟ ਦੇ ਵਿੱਚ ਲੱਗੀਆਂ ਹੋਈਆਂ ਹਨ, ਜਿਨ੍ਹਾਂ ਦੇ ਵਿੱਚ BMW, ਟੈਸਲਾ, ਗੂਗਲ, ਊਬਰ ਅਤੇ ਹੋਰ ਬਹੁਤ ਸਾਰੀਆਂ ਚਾਈਨਾ ਦੀਆਂ ਕੰਪਨੀਆਂ ਵੀ ਸੈਲਫ ਡਰਾਈਵਿੰਗ ਕਾਰ ਟੈਸਟ ਦੇ ਵਿੱਚ ਪ੍ਰੋਜੈਕਟ ਚਲਾ ਰਹੀਆਂ ਹਨ। ਊਬਰ ਨੂੰ ਲੰਬੀ ਲੀਗਲ ਫਾਈਟ ਤੋਂ ਬਾਅਦ ਕੁਝ ਚਿਰ ਪਹਿਲਾਂ ਹੀ ਸੈਲਫ ਡਰਾਈਵਿੰਗ ਕਾਰ ਦੀ ਮਨਜ਼ੂਰੀ ਮਿਲੀ ਹੈ। ਫੈਡਰਲ ਲੈਵਲ 'ਤੇ ਹਾਲਾਂਕਿ ਸੈਲਫ ਡਰਾਈਵਿੰਗ ਕਾਰ ਦਾ ਟੈਸਟ ਪਾਸ ਨਹੀਂ ਹੋ ਸਕਿਆ ਅਤੇ ਹੋਰ ਬਹੁਤ ਸਾਰੀਆਂ ਸਟੇਟਸ ਦੇ ਵਿੱਚ ਸੈਲਫ ਡਰਾਈਵਿੰਗ ਕਾਰ ਦਾ ਟੈਸਟ ਬੈਨ ਕੀਤਾ ਜਾ ਚੁੱਕਿਆ ਹੈ, ਪਰ ਕੈਲੀਫੋਰਨੀਆ ਨੇ ਜੋ ਕਿ US ਦੀ ਸਭ ਤੋਂ ਵੱਡੀ ਕਾਰ ਮਾਰਕੀਟ ਹੈ, ਉਸਨੇ ਸੈਲਫ ਡਰਾਈਵਿੰਗ ਕਾਰ ਦੇ ਟੈਸਟ ਲਈ ਕੰਪਨੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਆ ਰਹੇ ਨਵੇਂ ਇਸ ਬਿੱਲ ਦੇ ਵਿੱਚ ਫੈਡਰਲ ਵਰਕਫੋਰਸ ਨੂੰ ਹੋਰ ਛੋਟਾ ਕਰ ਸਕਦੇ ਹਨ। ਰਾਸ਼ਟਰਪਤੀ ਟਰੰਪ ਜੋ ਕਿ ਲਗਾਤਾਰ ਪਹਿਲਾਂ ਹੀ ਕਈ ਫੈਡਰਲ ਏਜੰਸੀਜ਼ ਦੀ ਹਾਇਰਿੰਗ ਫਰੀਜ਼ ਕਰ ਚੁੱਕੇ ਹਨ, ਉਹਨਾਂ ਦਾ ਮੁਤਾਬਿਕ ਬਜਟ ਨੂੰ ਹੋਰ ਘੱਟ ਕਰਨ ਦੇ ਲਈ ਫੈਡਰਲ ਵਰਕਫੋਰਸ ਦੇ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ ਅਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਭਾਰੀ ਸੰਖਿਆ ਦੇ ਵਿੱਚ ਫੈਡਰਲ ਵਰਕਰਸ ਨੂੰ ਲੇ ਆਫ ਵੀ ਕੀਤਾ ਜਾ ਸਕਦਾ ਹੈ। ਰਾਸ਼ਟਰਪਤੀ ਟਰੰਪ ਪਹਿਲਾਂ ਹੀ US ਦੇ ਉੱਤੇ ਲਗਾਤਾਰ ਚੜ ਰਹੇ ਡੈਫੀਸਿਟ ਨੂੰ ਲੈ ਕੇ ਗੱਲਬਾਤ ਕਰ ਚੁੱਕੇ ਹਨ ਅਤੇ ਉਹਨਾਂ ਨੇ ਕਿਹਾ ਕਿ ਬਹੁਤ ਮਹਿਕਮਿਆਂ ਦੇ ਵਿੱਚ ਗੌਰਮੈਂਟ ਬਿਨਾਂ ਮਤਲਬ ਤੋਂ ਕਾਫ਼ੀ ਜ਼ਿਆਦਾ ਤਨਖਾਹ ਦੇ ਰਹੀ ਹੈ ਅਤੇ ਉਹਨਾਂ ਨੂੰ ਕੱਟ ਕਰਨਾ ਹੋਵੇਗਾ ਅਤੇ ਉਹਨਾਂ ਨੇ ਹੀ ਉੱਧਰ ਹੀ ਮਿਲਟਰੀ ਦੀ ਸਪੈਂਡਿੰਗ ਵੀ ਵਧਾਈ ਹੈ ਅਤੇ ਉਹਨਾਂ ਨੇ ਕਿਹਾ ਕਿ ਮਿਲਟਰੀ ਨੂੰ ਸਟਰੋਂਗ ਕਰਨ ਦੇ ਲਈ US ਬਜਟ ਦਾ ਕਾਫ਼ੀ ਹਿੱਸਾ ਲਾਇਆ ਜਾਵੇਗਾ। ਹੈਤੀ ਦੇ ਵਿੱਚ ਇੱਕ ਬੱਸ ਭੀੜ ਦੇ ਵਿੱਚ ਜਾ ਟਕਰਾਈ ਜਿੱਥੇ ਕਿ 38 ਲੋਕ ਮਾਰੇ ਗਏ ਅਤੇ 13 ਲੋਕ ਜ਼ਖਮੀ ਹੋਏ ਹਨ। ਉੱਤਰੀ ਹੈਤੀ ਦੇ ਵਿੱਚ ਇੱਕ ਫੈਸਟੀਵਲ ਕਰਾਊਡ ਦੇ ਦੌਰਾਨ ਇਹ ਹਾਦਸਾ ਹੋਇਆ। ਇਹ ਬੱਸ ਬਲੂ ਸਕਾਈ ਲੌਜਿਸਟਿਕਸ ਦੁਆਰਾ ਔਨ ਕੀਤੀ ਜਾਂਦੀ ਸੀ ਅਤੇ ਹੈਤੀ ਦੀ ਕੈਪੀਟਲ ਦੇ ਵੱਲ ਇਹ ਬੱਸ ਜਾ ਰਹੀ ਸੀ। ਸਭ ਤੋਂ ਪਹਿਲਾਂ ਬੱਸ ਸੜਕ ਦੇ ਕਿਨਾਰੇ ਜਾ ਰਹੇ 2 ਪੈਡੈਸਟ੍ਰੀਅਨ ਦੇ ਨਾਲ ਟਕਰਾਈ ਅਤੇ ਬਾਅਦ ਦੇ ਵਿੱਚ ਵੀ ਬੱਸ ਦੇ ਡਰਾਈਵਰ ਤੋਂ ਉਸਦਾ ਕੰਟਰੋਲ ਨਹੀਂ ਹੋਇਆ ਅਤੇ ਫੈਸਟੀਵਲ ਕਰਾਊਡ ਜਿੱਥੇ ਕਿ ਮਿਊਜ਼ੀਸ਼ੀਅਨ ਆਪਣਾ ਬੈਂਡ ਵਜਾ ਰਹੇ ਸਨ ਉੱਥੇ ਜਾ ਟਕਰਾਈ ਅਤੇ 38 ਲੋਕਾਂ ਦੀ ਉੱਥੇ ਮੌਤ ਹੋਈ। ਉਸ ਤੋਂ ਬਾਅਦ ਦੇ ਵਿੱਚ ਲੋਕਾਂ ਨੇ ਗੁੱਸੇ ਦੇ ਵਿੱਚ ਆ ਕੇ ਉਸ ਬੱਸ ਨੂੰ ਅੱਗ ਲਾ ਦਿੱਤੀ। ਹਜੇ ਤੱਕ ਪੁਲਿਸ ਨੇ ਇਸ ਹਾਦਸੇ ਦੀ ਜਾਂਚ ਦੀ ਪੂਰੀ ਡਿਟੇਲ ਰਿਪੋਰਟ ਨਹੀਂ ਦਿੱਤੀ ਹੈ। ਨਿਊਯਾਰਕ ਅਤੇ ਉਸਦੇ ਆਸ ਪਾਸ ਦੇ ਸਟੇਟਸ ਦੇ ਵਿੱਚ ਵੈਦਰ ਫੋਰਕਾਸਟ ਮੁਤਾਬਿਕ ਅਗਲੇ 24 ਘੰਟਿਆਂ ਦੇ ਅੰਦਰ ਭਾਰੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਦੱਸਿਆ ਜਾਂਦਾ ਹੈ ਕਿ ਤਕਰੀਬਨ 2 ਫੁੱਟ ਤੱਕ ਬਰਫ਼ ਦੀ ਚਾਦਰ ਇਹਨਾਂ ਸਟੇਟਸ ਦੇ ਵਿੱਚ ਵਿਛ ਸਕਦੀ ਹੈ। ਵੈਦਰ ਫੋਰਕਾਸਟ ਦੇ ਮੁਤਾਬਿਕ ਪ੍ਰਤੀ ਘੰਟੇ 2 ਤੋਂ 4 ਇੰਚ ਤੱਕ ਬਰਫ਼ਬਾਰੀ ਹੋ ਸਕਦੀ ਹੈ। ਨਿਊਯਾਰਕ ਦੇ ਮੇਅਰ ਬਿਲ ਡੀ ਬਲਾਸੀਓ ਨੇ ਕਿਹਾ ਹੈ ਕਿ ਨਿਊਯਾਰਕ ਹਰ ਤਰ੍ਹਾਂ ਦੀ ਕੁਦਰਤੀ ਆਫ਼ਤਾਂ ਨੂੰ ਸਹਿਣ ਦੇ ਲਈ ਸਕਸ਼ਮ ਹੈ ਅਤੇ ਉਹਨਾਂ ਨੇ ਸਾਰੇ ਹੀ ਪ੍ਰਬੰਧ ਕਰ ਲਏ ਹਨ ਅਤੇ ਉਹਨਾਂ ਨੇ ਲੋਕਾਂ ਨੂੰ ਘਰੋਂ ਜ਼ਿਆਦਾ ਨਾ ਬਾਹਰ ਜਾਣ ਦੀ ਗੱਲਬਾਤ ਵੀ ਕਹੀ। ਇਸ ਸਨ ਅੱਜ ਦੀਆਂ ਕੁਝ ਖਾਸ ਖ਼ਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਸੋਮਵਾਰ ਨੂੰ ਸੈਨ ਜੋਸੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 70 ਡਿਗਰੀ ਅਤੇ ਰਾਤ ਨੂੰ ਲੋਅ ਟੈਂਪਰੇਚਰ 52 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਕਿਊਬਾ ਸਿਟੀ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਸਟੋਕਟਨ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਟ੍ਰੇਸੀ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਮੋਡੈਸਟੋ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਫੈਜ਼ਨੋ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 82 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। LA ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ ਰਹੇਗਾ। ਟਰਕੀ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 30 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 29 ਡਿਗਰੀ ਲੋ। ਪੋਰਟਲੈਂਡ ਓਰੀਗਨ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 21 ਡਿਗਰੀ ਲੋ। ਪੋਰਟਲੈਂਡ ਓਰੀਗਨ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਇੱਥੇ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਸਿਆਟਲ ਦੇ ਵਿੱਚ 52 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਇੱਥੇ ਵੀ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 32 ਡਿਗਰੀ ਲੋ। ਸੋਲਟ ਲੇਕ ਸਿਟੀ ਯੂਟਾ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 33 ਡਿਗਰੀ ਹਾਈ ਅਤੇ ਰਾਤ ਨੂੰ 25 ਡਿਗਰੀ ਲੋ। ਇੱਥੇ ਬਰਫ਼ਬਾਰੀ ਹੋਵੇਗੀ। ਨਿਊਯਾਰਕ ਦੇ ਵਿੱਚ 36 ਡਿਗਰੀ ਹਾਈ ਅਤੇ ਰਾਤ ਨੂੰ 30 ਡਿਗਰੀ ਲੋ। ਇੱਥੇ ਵੀ ਭਾਰੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਟੋਰਾਂਟੋ ਦੇ ਵਿੱਚ -6 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -10 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ -10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -19 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 5 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -5 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਅੰਮ੍ਰਿਤਸਰ ਦੇ ਵਿੱਚ 26 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 26 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 16 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ ਅਤੇ ਫਰਾਂਸ ਪੈਰਿਸ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ ਰਹੇਗਾ।
ਇਹ ਸੀ ਮੌਸਮ ਦੀ ਜਾਣਕਾਰੀ। ਵੀਕਐਂਡ ਹੋਣ ਕਾਰਨ ਅੱਜ ਸਟਾਕ ਮਾਰਕੀਟ ਬੰਦ ਰਹੀ। ਅਗਲੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇਵਾਂਗੇ ਸੋਮਵਾਰ ਦੇ ਅੰਕ ਵਿੱਚ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਸਾਨੂੰ ਕਾਲ ਕਰ ਸਕਦੇ ਹੋ 408-272-5200 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪੋਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।